ਮੈਂ ਜਦ ਸਟੇਜ 'ਤੇ ਗਿਆ, ਮੈਂ ਉਹਨਾਂ ਨੂੰ ਕਿਹਾ ਆ ਜਾਓ ਜਦ ਕੰਮ ਤਿਆਰ ਹੈ। ਉਹ ਕਹਿੰਦੇ ਆਉਂਦੇ ਹਾਂ। ਹੌਲੀ ਹੌਲੀ ਗੱਡੀ ਆਈ ਹੈ ਅਤੇ ਗੱਡੀ ਆ ਸਾਈਡ 'ਤੇ ਖੜ੍ਹੀ ਆ, ਮੂਹਰੇ ਨਿਆਣੇ ਬੈਠੇ ਆ। ਮੈਂ ਤਾੜੀਆਂ ਲਓ ਚਮਕੀਲਾ ਤਾੜੀ ਬਈ ਆ ਗਿਆ, ਤਾਂ ਤਾੜੀਆਂ ਦਾ ਨਾਂ ਲਿਆ ਜਦੇ। ਉਹ ਜਦ ਲਾਲ ਨੇ ਢੋਲਕੀ ਗੱਡੀ ਪਿੱਛੋਂ ਉਹਨਾਂ ਨੇ ਗੋਲੀ ਮਾਰੀ ਪਿੱਛੇ ਦੀ ਆ ਕੇ, ਉਹਦੇ ਇੱਥੋਂ ਦੀ ਲੰਘ ਕੇ ਸਵਾਟਰ ਵਿੱਚ ਦੀ ਇੱਥੇ ਲੰਘ ਕੇ ਉਹਦਾ ਕਣਕਾਂ ਵਿੱਚ ਨੂੰ ਢੋਲ ਕੇ ਛੱਡ ਕੇ ਭੱਜ ਗਿਆ। ਅਤੇ ਉੱਧਰ ਗਿੱਲ ਆਇਆ, ਗਿੱਲ ਪਰਜਾ ਲੈ ਕੇ ਜਾਣ ਲੱਗਿਆ, ਉਹ ਭੱਜਣ ਲੱਗਿਆ। ਜੇ ਭੱਜ ਜਾਂਦਾ ਤਾਂ ਠੀਕ ਰਹਿੰਦਾ। ਉਹਨੇ ਕਹਿੰਦੇ ਓਏ ਉਹਦੇ ਅੱਖਰ ਜਾ ਪਏ, ਉਹਨੂੰ ਕਢਾ ਲਿਆ ਵਾਪਸ ਵਾਪਸ ਆ ਉਹਦੇ ਆ। ਜਦ ਵਾਪਸ ਆਇਆ ਉਹਨਾਂ ਨੇ ਜਦ ਹੀ ਉਹਨੂੰ ਚੱਕਦਾ, ਚਲੋ ਜਦ ਹੀ ਅਮਰਜੋਤ ਆ ਗਈ ਆ, ਅਮਰਜੋਤ ਉਹਨਾਂ ਨੇ ਜਦ ਅਮਰਜੋਤ ਚੱਕਦੀ ਚਮਕੀਲੇ ਨੇ ਦੇਖਿਆ ਬੱਬੀ ਨੂੰ ਕੀ ਹੋ ਗਿਆ। ਬੱਬੀ ਕਹਿੰਦਾ ਹੁੰਦਾ ਸੀ ਉਹ ਨੱਠ ਕੇ ਆਇਆ, ਨੱਠ ਕੇ ਆ ਕੇ ਦੇਖਿਆ, ਜਦ ਦੇਖਣ ਵੀ ਨਹੀਂ ਦਿੱਤਾ ਉਹਨੇ, ਜਦ ਉਹਨਾਂ ਨੇ ਚੱਕ। ਤੁਸੀਂ ਉਸ ਟਾਈਮ ਕਿੱਥੇ ਸੀ? ਮੈਂ ਸਟੇਜ 'ਤੇ। ਤੁਸੀਂ ਇਹ ਸਾਰਾ ਕੁਝ ਦੇਖ ਰਹੇ ਸੀ? ਇਹ ਮੈਂ ਦੇਖਿਆ ਉਹਨੂੰ ਕੌਣੇ ਗਿੱਲ ਨੂੰ, ਉਸ ਤੋਂ ਬਾਅਦ ਮੈਂ ਨਹੀਂ ਚੱਕਿਆ ਮੁੜ ਕੇ। 15 ਮਿੰਟ ਨਹੀਂ, 5 ਮਿੰਟ ਲੱਗੇ ਹੋਣੇ ਸਾਰੇ। ਜਦ ਮੈਂ ਕਿੰਨੇ ਕੁ ਜਾਣੇ ਸੀ ਜਿਨ੍ਹਾਂ ਨੇ ਕੰਮ ਕੀਤਾ? ਕਿੰਨੇ ਜਾਣੇ ਸੀ? ਮੈਂ ਤਾਂ ਅੰਦਰ ਲੁੱਕ ਗਿਆ ਨੱਠ ਕੇ। ਮੈਂ ਕਿਹਾ ਅੰਦਰ ਨਾ ਜਾਣ, ਬੁੜੀਆਂ ਕਰੀਆਂ ਇੱਥੇ ਹੀ ਬੈਠਾ ਰਹਿ, ਉਹ ਦੇਖ ਜਾਂਦੀਆਂ ਮੋਰੀ ਵਿੱਚ ਦੀ ਐਂ ਕਰਕੇ ਵੀ ਕਿੰਨੇ ਜਾਣੇ ਆ। ਉਹਨਾਂ ਨੇ ਭੰਗੜਾ ਭੰਗੜਾ ਪਾਇਆ, ਪਾ ਕੇ ਚਿੱਠੀ ਲਿਖ ਕੇ ਉਹਦੀ ਛਾਤੀ 'ਤੇ ਚਲੇ ਗਏ। ਉਹ ਲਿਖਿਆ ਸੀਗਾ ਅਸੀਂ ਆਪਦਾ ਕੰਮ ਕਰ ਚੱਲੇ ਹਾਂ, ਅਸੀਂ ਉਹਨੂੰ ਸਮਝਾਇਆ ਸਮਝਿਆ ਨਹੀਂ, ਕਮਾਂਡੋ ਫੋਰਸ ਫਲਾਨਾ ਪੈਂਦਾ ਐਦਾਂ ਗਾਂ ਖੂਨਾਂ 'ਤੇ ਜੀਲ ਸੀ ਚਿੱਠੀ, ਅਤੇ ਮੂੰਹ 'ਚ ਗੋਲੀਆਂ ਗਾਲੀਆਂ ਇੱਥੇ ਲੱਗੀ ਨਹੀਂ ਸਾਰਾ। ਨਿਰਪੱਖ ਪੋਸਟ ਦੇਖ ਰਹੇ ਸਾਰੇ ਦੋਸਤਾਂ ਦਾ ਮੈਂ ਸਵਾਗਤ ਕਰਦਾ ਹਾਂ। ਮੈਂ ਹਾਂ ਦਾਰਾ ਕਬੱਡੀ। ਅੱਜ ਅਸੀਂ ਮੌਜੂਦ ਹਾਂ ਉਸ ਜਗ੍ਹਾ 'ਤੇ, ਉਹ ਦੋ ਅਮਰ ਆਵਾਜ਼ਾਂ ਅਮਰ ਸਿੰਘ ਚਮਕੀਲਾ ਅਤੇ ਬੀਬੀ ਅਮਰਜੋਤ, ਜਿਹੜੇ ਕਿ ਸਾਤੋਂ ਸਦਾ ਲਈ ਦੂਰ ਚਲੇ ਗਏ ਹਨ। ਅੱਜ ਅਸੀਂ ਉਸ ਜਗ੍ਹਾ 'ਤੇ ਮੌਜੂਦ ਹਾਂ, ਉਹਨਾਂ ਦੀ ਸਮਾਧ 'ਤੇ ਮੌਜੂਦ ਹਾਂ, ਜਿਹੜੇ ਕਿ 8 ਮਾਰਚ 1988 ਨੂੰ ਮੈਸਮਪੁਰ ਜਲੰਧਰ ਦੇ ਵਿੱਚ ਇੱਕ ਪ੍ਰੋਗਰਾਮ ਦੌਰਾਨ ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ। ਅੱਜ ਚਾਹੇ ਉਹ ਆਵਾਜ਼ਾਂ ਸਾਤੋਂ ਬਹੁਤ ਦੂਰ ਚਲੇ ਗਈਆਂ ਹਨ, ਪਰ ਅੱਜ ਵੀ ਉਹ ਅਮਰ ਆਵਾਜ਼ਾਂ ਨੇ, ਉਹ ਆਵਾਜ਼ਾਂ ਅੱਜ ਵੀ ਸਾਡੇ ਦਿਲਾਂ ਦੇ ਵਿੱਚ ਵਸੀਆਂ ਹੋਈਆਂ ਨੇ। ਅੱਜ ਵੀ ਸਾਡੇ ਸਾਨੂੰ ਉਹ ਜਿਹੜੀਆਂ ਆਵਾਜ਼ਾਂ ਨੇ ਸਾਨੂੰ ਸੁਣਨ ਨੂੰ ਮਿਲਦੀਆਂ ਨੇ ਅਕਸਰ ਗੀਤਾਂ ਦੇ ਵਿੱਚ, ਅਕਸਰ ਉਹ ਆਵਾਜ਼ਾਂ ਨੇ ਜਿਹੜੀਆਂ ਸਾਡੇ ਨਵੇਂ ਤਵੇ ਰਹਿੰਦੀਆਂ ਨੇ। ਅਸੀਂ ਉਸ ਜਗ੍ਹਾ 'ਤੇ ਮੌਜੂਦ ਹਾਂ ਜਿੱਥੇ ਉਹਨਾਂ ਦੋਨੇ ਅਮਰ ਸਿੰਘ ਚਮਕੀਲਾ ਅਤੇ ਬੀਬੀ ਅਮਰਜੋਤ ਜਿਨ੍ਹਾਂ ਦਾ ਕਿ ਇੱਥੇ ਸੰਸਕਾਰ ਕੀਤਾ ਗਿਆ ਸੀ, ਉਸ ਸਮਾਧ 'ਤੇ ਅਸੀਂ ਮੌਜੂਦ ਹਾਂ। ਤੁਸੀਂ ਦੇਖ ਸਕਦੇ ਹੋ ਉਹਨਾਂ ਦੀ ਸਮਾਧ 'ਤੇ ਲਿਖਿਆ ਹੋਇਆ, ਟਿੰਡ ਖੂਹ ਦੀ ਵਾਂਗੂ ਨੀ ਆਈ ਸੀ ਭਰ ਕੇ ਤੁਰ ਚੱਲੀ ਜਿੰਦੜੀਏ ਨੀ ਖਾਲੀ ਹੱਥ ਕਰਕੇ। ਇਹ ਅਮਰ ਸਿੰਘ ਚਮਕੀਲਾ ਦਾ ਗੀਤ ਜਿਹੜਾ ਕਿ ਬਿਲਕੁਲ ਉਹਨਾਂ 'ਤੇ ਟੁੱਕਿਆ, ਇੱਥੇ ਖਾਲੀ ਹੱਥ ਆਏ ਖਾਲੀ ਹੱਥ ਜਾਣਾ, ਇਹ ਜਿਹੜੀਆਂ ਸਤਰਾਂ ਨੇ ਚਮਕੀਲਾ ਸਿੰਘ ਦੀਆਂ, ਅਮਰ ਸਿੰਘ ਚਮਕੀਲਾ ਦੀਆਂ ਆਪਣੀਆਂ ਲਿਖੀਆਂ ਹੋਈਆਂ ਸਤਰਾਂ ਨੇ। ਅਸੀਂ ਉਸ ਜਗ੍ਹਾ 'ਤੇ ਮੌਜੂਦ ਹਾਂ, ਅਸੀਂ ਤੁਹਾਨੂੰ ਦਿਖਾਵਾਂਗੇ ਉਹ ਜਿਹੜੀ ਸਮਾਧ ਆ, ਸਮਾਧ ਦੇ ਵਿੱਚ ਅਮਰ ਸਿੰਘ ਚਮਕੀਲਾ ਅਤੇ ਬੀਬੀ ਅਮਰਜੋਤ ਉਹਨਾਂ ਦੀ ਜਿਹੜੀ ਫੋਟੋ ਲੱਗੀ ਹੋਈ ਆ ਉਹਨਾਂ ਦੀ ਸਮਾਧ ਆ ਇਸ ਜਗ੍ਹਾ 'ਤੇ, ਸਾਰੀ ਜਗ੍ਹਾ 'ਤੇ। ਜਿਵੇਂ ਕਿ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ, 8 ਮਾਰਚ ਨੂੰ ਇਸ ਜਗ੍ਹਾ 'ਤੇ ਬਹੁਤ ਜਿਹੜਾ ਭਾਰੀ ਮੇਲਾ ਲੱਗ ਰਿਹਾ ਵਾ, ਉਸ ਮੇਲੇ ਦੇ ਵਿੱਚ ਇਹ ਜਿਹੜੀ ਸਾਰੀ ਜਗ੍ਹਾ ਜਿਹੜੇ ਦਰਸ਼ਕਾਂ ਦੇ ਨਾਲ ਭਰੀ ਹੁੰਦੀ ਆ, ਲੱਖਾਂ ਦੀ ਤਾਦਾਦ ਦੇ ਵਿੱਚ ਇੱਥੇ ਚਮਕੀਲਾ ਜੀ ਨੂੰ ਚਾਹੁਣ ਵਾਲੇ ਜਿਹੜੇ ਦਰਸ਼ਕ ਆਉਂਦੇ ਹਨ, ਜਿੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਇੱਥੇ ਦਰਸ਼ਕ ਆਉਂਦੇ ਹਨ, ਉੱਥੇ ਹੀ ਜਿਹੜੇ ਉਹਨਾਂ ਜਿਹੜੇ ਕਲਾਕਾਰ ਨੇ, ਕਲਾਕਾਰ ਭਾਈਚਾਰਾ, ਸਾਰਾ ਕਲਾਕਾਰ ਭਾਈਚਾਰਾ ਪੰਜਾਬ ਤੋਂ ਲੈ ਕੇ
ਇੰਟਰਨੈਸ਼ਨਲ ਪੱਧਰ ਦੇ ਜਿਹੜੇ ਕਲਾਕਾਰ ਨੇ ਉਹ ਵੀ ਇੱਥੇ ਅਮਰ ਸਿੰਘ ਚਮਕੀਲਾ ਦੇ, ਬੀਬੀ ਅਮਰਜੋਤ ਉਹਨਾਂ ਦੀ ਮੇਲੇ 'ਤੇ ਇੱਥੇ ਆਉਂਦੇ ਹਨ, ਉਹਨਾਂ ਦੀ ਬਰਸੀ 'ਤੇ ਆਉਂਦੇ ਹਨ। 8 ਮਾਰਚ ਨੂੰ ਉਹਨਾਂ ਦੀ 36ਵੀਂ ਜਿਹੜੀ ਬਰਸੀ ਹੈ ਇੱਥੇ ਮਨਾਈ ਜਾ ਰਹੀ ਆ। ਅੱਜ ਅਸੀਂ ਉਹਨਾਂ ਵਿਅਕਤੀਆਂ ਨਾਲ ਵੀ ਗੱਲ ਕਰਾਂਗੇ ਜਿਹੜੇ ਜਦੋਂ ਅਮਰ ਸਿੰਘ ਚਮਕੀਲਾ ਦਾ ਕਤਲ ਕੀਤਾ ਗਿਆ ਸੀ ਉਸ ਸਮੇਂ ਉਹਨਾਂ ਨਾਲ ਉੱਥੇ ਸਟੇਜ 'ਤੇ ਮੌਜੂਦ ਸਨ, ਉਹਨਾਂ ਨਾਲ ਵੀ ਅੱਜ ਆਪਾਂ ਗੱਲ ਕਰਾਂਗੇ। ਆਓ ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਨਾਲ। ਆ ਰਹੇ ਹਾਂ ਅਸੀਂ ਉਹਨਾਂ ਦੇ ਨਾਲ ਜਦੋਂ ਅਮਰ ਸਿੰਘ ਚਮਕੀਲਾ ਦਾ ਮਹਿਸਮਪੁਰ ਜਲੰਧਰ ਜ਼ਿਲ੍ਹੇ ਦੇ ਵਿੱਚ ਕਤਲ ਹੋਇਆ ਇੱਕ ਪ੍ਰੋਗਰਾਮ ਦੇ ਦੌਰਾਨ, ਤਾਂ ਜਿਹੜੇ ਵਿਅਕਤੀ ਮੇਰੇ ਕੋਲ ਖੜ੍ਹੇ ਹਨ ਇਹਨਾਂ ਦਾ ਨਾਂ NS ਮਣਕੂ ਆ, ਉਸ ਸਮੇਂ ਇਹ ਉਹਨਾਂ ਦੇ ਨਾਲ ਸਟੇਜ 'ਤੇ ਮੌਜੂਦ ਸਨ। ਆਪਾਂ ਗੱਲ ਕਰਾਂਗੇ ਉਹਨਾਂ ਦੇ ਨਾਲ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਦਾਰਾ ਘਵੱਦੀ ਜੀ, ਇੱਕ ਦਾਰਾ ਸਿੰਘ ਸੁਣਿਆ ਪਹਿਲਵਾਨ, ਉਹ ਨਾਂ ਤੁਹਾਡਾ ਭੁੱਲਣ ਵਾਲਾ ਨਹੀਂ ਹੈ। ਦਾਰਾ ਘਵੱਦੀ ਜੀ ਆਏ ਹੋ ਤੁਸੀਂ ਅੱਜ ਚਮਕੀਲਾ ਜੀ ਸਮਾਧ 'ਤੇ, ਅਤੇ ਇਹ ਉਹ ਜਗ੍ਹਾ ਜਿੱਥੇ ਵਰਲਡ ਤੋਂ ਦੁਨੀਆਂ ਦੇ ਇੱਥੇ ਕਦਮ ਪੈਂਦੇ ਆ, ਅਤੇ 8 ਮਾਰਚ ਨੂੰ ਆ ਜਿਹੜੀ ਹੁਣ ਆ ਰਹੀ ਹੈ ਕੱਲ੍ਹ ਪਰਸੋਂ ਨੂੰ, ਅਤੇ ਉਸ ਦਿਨ ਉਹਦੀ ਬਰਸੀ ਮਨਾਈ ਜਾਣੀ ਆ। ਅਗਲੇ ਅੱਗੇ ਅਗਲੇ ਮੇਲਿਆਂ ਨਾਲੋਂ ਇੱਕ ਡਿਫਰੈਂਟ ਹਿਸਾਬ ਦਾ ਮੇਲਾ ਹੋਊਗਾ, ਬਰਸੀ ਹੋਊਗੀ। ਮਣਕੂ ਜੀ ਉਹ ਕਿਵੇਂ ਹੋਊਗਾ, ਵੱਖਰਾ ਕਿਵੇਂ ਹੋਊ ਅਗਲੇ ਬਾਰੇ? ਵੱਖਰਾ ਇਹ ਹੋਊਗਾ, ਸਟੇਜ 'ਤੇ ਜਿਵੇਂ ਦੋ ਮੈਕ ਫੜ ਲਿਆ ਗਏ ਦਾ ਹੱਥੋਂ ਪਾਈ ਹੋ ਗਏ ਖਿੱਚ ਗਏ, ਪਿਛਲੀ ਵਾਰੀ ਇਹ ਚੀਜ਼ਾਂ ਅਸੀਂ ਦੇਖੀਆਂ ਨੇ। ਹਾਂ ਬਸ ਉਹ ਇਹਨਾਂ ਨੂੰ ਮੈਂ ਸ਼ਿਕਾਇਤ ਵੀ ਲਾਈ ਸੀ ਘਰੇ, ਮੈਂ ਕਿਹਾ ਵੀ ਯਾਰ ਜਿਹੜੇ ਬੰਦੇ ਚਮਕੀਲੇ ਨੂੰ ਮਿਲੇ ਹੀ ਨਹੀਂ ਹੈ, ਜੀ ਚਮਕੀਲੇ ਦੀ ਇੱਕ ਫੋਟੋ ਵੀ ਨਹੀਂ ਹੈ ਉਹਨਾਂ ਨਾਲ, ਅਤੇ ਨਾ ਉਹਦੇ ਸੰਸਕਾਰ 'ਤੇ ਕੋਈ ਆਇਆ, ਨਾ ਪਹਿਲੀ ਬਰਸੀ 'ਤੇ, ਅਸੀਂ ਪਹਿਲੀ ਬਰਸੀ ਮਨਾਈ ਸੀ ਬਸ ਅੱਡੇ, ਵੀ ਮੈਨੂੰ ਇੱਕ ਫੋਟੋ ਹੀ ਦਿਖਾ ਦਿਓ ਉਹਨਾਂ ਦੀ ਉਹਨਾਂ ਨਾਲ। ਤੁਸੀਂ ਉਹਨਾਂ ਦੇ ਸ਼ੁਰੂ ਤੋਂ ਲੈ ਕੇ ਉਹਨਾਂ ਦੇ ਨਾਲ ਰਹੇ ਹੋ, ਸਟੇਜਾਂ 'ਤੇ ਤੁਸੀਂ ਜਾਂਦੇ ਰਹੇ ਹੋ, ਤੁਹਾਡਾ ਉਹਨਾਂ ਦੇ ਨਾਲ ਭਰਾਵਾਂ ਵਰਗਾ ਪਿਆਰ ਸੀ, ਤੁਸੀਂ ਇੱਕ ਕਿਸਮ ਦੇ ਉਹਨਾਂ ਦੇ ਜਿੰਦ ਜਾਨ ਸੀਗੇ। ਅਸੀਂ ਦੇਖਿਆ ਵੀ ਜਦੋਂ ਪ੍ਰੋਗਰਾਮ ਸ਼ੁਰੂ ਹੁੰਦਾ ਸੀ ਤਾਂ ਤੁਸੀਂ ਪ੍ਰੋਗਰਾਮ ਸ਼ੁਰੂਆਤ ਦੀ ਤੁਸੀਂ ਕਰਦੇ ਸੀ ਪ੍ਰੋਗਰਾਮ, ਜਿਸ ਦਿਨ ਉਹਨਾਂ ਦਾ ਕਤਲ ਹੋਇਆ ਜਲੰਧਰ ਮਹਿਸਮਪੁਰ ਪਿੰਡ ਦੇ ਵਿੱਚ, ਤੁਸੀਂ ਨਾਲ ਉਹਨਾਂ ਦੇ ਉਸ ਟਾਈਮ ਮੌਜੂਦ ਸੀ, ਉਸ ਉਹ ਸਾਨੂੰ ਗੱਲਾਂ ਬਾਤਾਂ ਦੱਸੋ ਜੀ। ਇਹ ਦਾਰਾ ਜੀ ਪਹਿਲਾਂ ਤੋਂ ਮੇਰੇ ਤੋਂ ਪਹਿਲਾਂ ਟੱਕਣ ਹੁੰਦਾ ਸੀ, ਟੱਕਣ ਹਟ ਗਿਆ ਸੀ, ਪਤਾ ਨਹੀਂ ਉਹਦੇ ਦਿਲ 'ਚ ਕੀ ਆਇਆ ਵੀ ਮੈਂ ਪਤਾ ਨਹੀਂ ਕੀ ਹੋ ਜਾਣਾ, ਮੈਂ ਵੀ ਮਰ ਜਾਣਾ ਨਾਲ ਜਾਂ ਕੀ ਹੋਇਆ, ਉਹਦੇ ਕੈਨੇਡਾ ਦੇ ਵਿੱਚ ਕੁਝ ਗੱਲਬਾਤ ਹੋਈ ਸੀ ਦੱਸਿਆ, ਅਤੇ ਫਿਰ ਮੈਨੂੰ ਰੱਖ ਲਿਆ, ਮੈਂ ਚਿੰਦਾ ਜੀ ਨਾਲ ਕੰਮ ਕਰਦਾ ਸੀ, ਅਤੇ ਬਾਕੀ ਕਾਫੀ ਗੱਲਾਂ ਜਿਹੜੇ ਸਾਡਾ ਉੱਧਰ ਗਿਆਨ ਬੈਠਾ ਅਤੇ ਉਹਨਾਂ ਦਾ ਸਾਹਮਣੇ ਆਪਸ ਵਿੱਚ ਦਰਵਾਜ਼ਾ ਹੁੰਦਾ ਸੀ, ਇੱਕ ਦੂਜੇ ਨੇ ਸਵੇਰੇ ਉੱਠ ਕੇ ਗੱਲਾਂ ਕਰਦੇ ਹੁੰਦੇ ਸੀ, ਇਹਦੇ 'ਤੇ ਵੀ ਗੀਤ ਬਹੁਤ ਲਿਖੇ ਆ ਦੋ ਗੱਲਾਂ ਉਹਨਾਂ ਦੀ। ਹੁਣ ਜੇ ਤੁਸੀਂ ਕਹਿੰਦੇ ਲੰਬੇ ਚੌੜੇ, ਉਹ ਬਹੁਤ ਲੰਬੀ ਇੰਟਰਵਿਊ ਚਲੀ ਜਾਣੀ, ਮੈਂ ਮਾੜਾ ਜਿਹਾ ਹਿੰਟ ਸਨ ਉਹ ਉਸ ਜਦੋਂ ਉਹਨਾਂ 'ਤੇ ਗੋਲੀ ਚੱਲੀ ਸਨ ਉਹੀ ਥੋੜ੍ਹਾ ਜਿਹਾ ਦੱਸ ਦਿਓ ਜੀ। ਉਹ ਦੱਸ ਦਿੰਦਾ, ਉਹ 8 ਮਾਰਚ ਦਾ ਦਿਨ ਅਸੀਂ ਜਦ ਗਏ ਹਾਂ ਗੱਡੀ ਲੈ ਕੇ, ਉਦਣ ਆਪਣੀ ਫਿਲਮ ਲੱਗਣੀ ਸੀ ਪਟੋਲਾ, ਉਹ ਪੋਸਟਰ ਲੱਗੇ ਜਾਂਦੇ ਸੀ, ਚਮਕੀਲਾ ਕਹਿੰਦਾ ਯਾਰ ਆ ਫਿਲਮ ਆਪਾਂ ਜ਼ਰੂਰ ਦੇਖਾਂਗੇ, ਇਹਦੇ ਜਦ ਜਾ ਰਹੇ ਸੀ ਪ੍ਰੋਗਰਾਮ ਤੇ ਸੀ ਉਹ ਤਾਂਗੇ ਦੇ ਵਿੱਚ ਫੋਟੋ ਲੱਗੀਆਂ ਸੀਗੀਆਂ, ਠੀਕ ਹੈ ਜੀ, ਤੇ ਆਪਾਂ ਦੇਖਣੀ ਜ਼ਰੂਰ ਆ। ਮੈਂ ਕਿਹਾ ਠੀਕ ਆ, ਤੁਸੀਂ ਗੱਡੀ ਤੇ ਉਹਨਾਂ ਦੇ ਨਾਲ ਬੈਠੇ ਸੀ? ਗੱਡੀ 'ਚ ਸੀ। ਕਿਹੜੀ ਗੱਡੀ ਸੀਗੀ? ਅੰਬੈਸਡਰ ਕਾਰ ਸੀ, 1786 ਨੰਬਰ ਸੀ ਉਹਦਾ, 1786 ਉਹ ਨੰਬਰ ਵੀ ਮੈਨੂੰ ਪਤਾ, ਚਿੱਟੀ ਜੀ ਗੱਡੀ ਹੁੰਦੀ ਸੀ, ਤੇ ਅਮਰਜੋਤ ਬੀਬਾ ਨਾਲ ਤੁਹਾਡੇ ਨਾਲ ਸੀ ਉਹ, ਪਿੱਛੇ ਅਸੀਂ ਬਹਿੰਦੇ ਹੁੰਦੇ ਸੀ ਅਮਰਜੋਤ ਮੈਂ ਤੇ ਚਮਕੀਲਾ, ਇੱਕ ਨਾਲ ਜਾਂ ਨਾਲ ਹੁੰਦਾ ਸੀ ਜਾਂ ਕੁਛ ਦੇਬੂ ਬਹਿ ਜਾਂਦਾ ਸੀ, ਗਿੱਲ ਮੂਹਰੇ ਬਹਿ ਜਾਂਦਾ ਸੀ, 8 ਜਣੇ ਹੁੰਦੇ ਸੀ। ਉੱਥੇ ਚਲੇ ਗਏ ਅਸੀਂ, ਰੋਟੀ ਪਾਣੀ ਖਾਧਾ ਅਤੇ ਅਸੀਂ ਮੋਟਰ 'ਤੇ ਚਲੇ ਗਏ, ਮੋਟਰ 'ਤੇ ਉੱਥੇ ਰੋਟੀ ਖਾ ਕੇ ਪੇਮੈਂਟ ਲੈਣ ਲੱਗੇ ਹਾਂ, ਪੇਮੈਂਟ ਮੈਂ ਫੜਨ ਲੱਗਿਆ ਸੀ, ਗਿੱਲ ਨੇ ਫੜ ਲਈ, ਮੇਰੇ ਦਿਲ 'ਚ ਆਇਆ ਚੱਲ ਯਾਰ ਗਿੱਲ ਨੇ ਫੜ ਲਈ ਕੋਈ ਗੱਲ ਨਹੀਂ, ਅੱਗੇ ਮੈਂ ਕਿੰਨੀ ਪੇਮੈਂਟ ਸੀਗੀ? 8000 ਸਿਰਫ, ਉਹ ਮੇਰੇ ਕੋਲ ਐਗਰੀਮੈਂਟ ਸੀ ਜੀ 1988 ਦੀ ਗੱਲ ਹੈ, 1900 ਪਹਿਲਾਂ ਤਾਂ 4000 ਸੀ, ਉਦੋਂ ਪਹਿਲਾਂ ਬਹੁਤ ਘੱਟ ਸੀ, ਇਹ ਤਾਂ ਨੋਧੀ ਨੋਧੀ ਹੁੰਦਾ ਸੀ, ਇੱਕ ਸਾਡੇ ਉੱਥੇ ਕਲਰਕ ਉਹਨੇ ਵਧਾਤੀ ਸੀ, ਅਤੇ ਉਹ ਮੈਂ ਪੇਮੈਂਟ ਫਿਰ ਗਿੱਲ ਫੜ ਕੇ ਆਇਆ ਮੂਹਰੇ ਹੱਥ ਕਰਕੇ ਗਿਣ ਲੱਗ ਗਿਆ, ਅਤੇ ਮੈਂ ਕਿਹਾ ਚੱਲ ਤੂੰ ਗਿਣਦਾ ਮੈਂ ਸਟੇਜ 'ਤੇ ਜਾਂਦਾ, ਮੇਰੇ ਦਿਲ 'ਚ ਆ ਗਿਆ
ਜਦ ਚਮਕੀਲੇ ਨੇ ਦੇਖਿਆ ਕਹਿੰਦਾ ਯਾਰ ਉਹ ਤੁਰਿਆ ਜਾਂਦਾ ਆਪਣੇ ਨਾਲ ਹੀ ਚਲਿਆ ਜਾਂਦਾ। ਮੈਂ ਵੱਟੋ ਵੱਟ ਕਣਕਾਂ ਦੇ ਵਿੱਚ ਦੀ ਗਿੱਲਾ ਜਿਹਾ ਥਾਂ ਸੀ ਸਟੇਜ 'ਤੇ ਚਲਿਆ, ਮੈਂ ਕਿਹਾ ਹੈਲੋ ਹੈਲੋ ਕਰੀਏ ਜਾ ਕੇ। ਉਹਨੇ ਮੈਨੂੰ ਕਿਹਾ ਸੀ ਵੀ ਮਨ ਕੋ ਦਾਰੂ ਨਹੀਂ ਪੀਣੀ ਨਾ ਮੀਟ ਆਂਡਾ ਸਾਡੀ ਸਰੀਰ ਤੋਂ ਪਹਿਲਾਂ, ਵੀ ਤੂੰ ਸਾਰ ਨਾਲ ਤਾਂ ਚੱਲ ਖਾ ਪੀ ਲੈਂਦਾ ਵੀ ਇੱਥੇ। ਮੈਂ ਕਿਹਾ ਵੀ ਨਾ ਜੇ ਗਿੱਲ ਨੂੰ ਮੈਂ ਕਿਤੇ ਤਾਂ ਕਿਹਾ ਗਿੱਲ ਯਾਰ ਮੱਛੀ ਮੁੱਛੀ ਲੱਗੀ ਜਾਂ ਖਾ, ਹੋ ਨਾ ਨਾ ਸਟੇਜ ਦਾ ਪੈਰਾ ਇਹ ਬਿਲਕੁਲ ਗਲਤੀ ਨਹੀਂ ਕਰਨੀ। ਉਸ ਟਾਈਮ ਇਹ ਗਾ ਚੁੱਕੇ ਸੀ ਜਾਂ ਗਾ ਰਹੇ ਸੀ ਜਦੋਂ ਗੋਲੀ ਚੱਲੀ? ਨਹੀਂ ਨਹੀਂ ਗਾਣ ਕਿੱਥੇ, ਮੈਂ ਜਦ ਸਟੇਜ 'ਤੇ ਗਿਆ ਮੈਂ ਉਹਨਾਂ ਨੂੰ ਕਿਹਾ ਆ ਜਾਓ ਯਾਰ ਕੰਮ ਤਿਆਰ ਹੈ, ਉਹ ਕਹਿੰਦੇ ਆਉਂਦੇ ਹਾਂ। ਹੌਲੀ ਹੌਲੀ ਗੱਡੀ ਆਈ ਆ ਅਤੇ ਗੱਡੀ ਆ ਸਾਈਡ 'ਤੇ ਖੜੀ ਆ, ਮੂਹਰੇ ਨਿਆਣੇ ਬੈਠੇ ਆ। ਮੈਂ ਤਾੜੀਆਂ ਲਓ ਚਮਕੀਲਾ ਤਾੜੀ ਬਈ ਆ ਗਿਆ, ਤਾਂ ਤਾੜੀਆਂ ਦਾ ਨਾਂ ਲਿਆ ਜਦੇ ਗੋਲੀਆਂ ਚੱਲਣ ਲੱਗ ਗਈਆਂ। ਚਮਕੀਲਾ ਸਟੇਜ 'ਤੇ ਪਹੁੰਚ ਗਿਆ ਸੀ ਜਦੋਂ? ਨਹੀਂ ਨਹੀਂ ਨਹੀਂ, ਗੱਡੀ 'ਚੋਂ ਨਿਕਲਣ ਸਾਰੇ? ਗੱਡੀ 'ਚੋਂ ਪਹਿਲਾਂ ਤਾਂ ਢੋਲਕ ਅਤੇ ਬਾਜੀ ਵਾਲੇ ਨਿਕਲ ਦਿੰਦੇ ਆ, ਉਹ ਤਾਂ ਆਪਣੇ ਗਿੱਲ ਨਿਕਲਿਆ ਲਾਲ ਨਿਕਲਿਆ, ਉਹ ਜਦ ਲਾਲ ਨੇ ਢੋਲਕੀ ਗੱਡੀ ਪਿੱਛੋਂ ਉਹਨਾਂ ਨੇ ਗੋਲੀ ਮਾਰੀ ਪਿੱਛੇ ਦੀ ਆ ਕੇ, ਉਹਦੇ ਇੱਥੋਂ ਦੀ ਲੰਘ ਕੇ ਸਵਾਟਰ ਵਿੱਚ ਦੀ ਇੱਥੋਂ ਲੰਘ ਕੇ ਉਹਦਾ ਕਣਕਾਂ ਵਿੱਚ ਨੂੰ ਢੋਲ ਕੇ ਛੱਡ ਕੇ ਭੱਜ ਗਿਆ। ਅਤੇ ਉੱਧਰ ਗਿੱਲ ਆਇਆ, ਗਿੱਲ ਪਰਜਾ ਲੈ ਕੇ ਜਾਣ ਲੱਗਿਆ, ਉਹ ਭੱਜਣ ਲੱਗਿਆ, ਜੇ ਭੱਜ ਜਾਂਦਾ ਤਾਂ ਠੀਕ ਰਹਿੰਦਾ। ਉਹਨੇ ਕਹਿੰਦੇ ਓਏ ਉਹ ਰਿਹਾ ਖੜ ਜਾ ਇੱਥੇ, ਉਹਨੂੰ ਕਢਾ ਲਿਆ ਵਾਪਸ, ਵਾਪਸ ਆ ਉਹ ਰਿਹਾ, ਜਾਂ ਵਾਪਸ ਆਇਆ ਉਹਨਾਂ ਨੇ ਜਦੀ ਉਹਨੂੰ ਚੱਕਤਾ। ਉੱਧਰੋਂ ਜਦੀ ਅਮਰਜੋਤ ਆ ਗਈ ਆ, ਅਮਰਜੋਤ ਉਹਨਾਂ ਨੇ ਜਦੀ ਅਮਰਜੋਤ ਚੱਕਤੀ, ਚਮਕੀਲੇ ਨੇ ਦੇਖਿਆ ਬੱਬੀ ਨੂੰ ਕੀ ਹੋ ਗਿਆ, ਬੱਬੀ ਕਹਿੰਦਾ ਹੁੰਦਾ ਸੀ ਉਹਨਾਂ ਇਹਨਾਂ ਨੂੰ, ਅਮਰਜੋਤ ਨੂੰ ਚਮਕੀਲਾ ਬੱਬੀ ਕਹਿੰਦਾ, ਬੱਬੀ ਉਹਦਾ ਨਾਂ ਛੋਟਾ ਨਾਂ ਬੱਬੀ ਰੱਖਿਆ ਸੀ। ਉਹ ਨੱਠ ਕੇ ਆਇਆ, ਨੱਠ ਕੇ ਆ ਕੇ ਦੇਖਿਆ, ਜਦ ਦੇਖਣ ਵੀ ਨਹੀਂ ਦਿੱਤਾ ਉਹਨੇ, ਜਦੋਂ ਉਹਨਾਂ ਨੇ ਹੁਣ ਚੱਕ। ਤੁਸੀਂ ਉਸ ਟਾਈਮ ਕਿੱਥੇ ਸੀ? ਮੈਂ ਸਟੇਜ 'ਤੇ। ਤੁਸੀਂ ਇਹ ਸਾਰਾ ਕੁਝ ਦੇਖ ਰਹੇ ਸੀ? ਇਹ ਮੈਂ ਦੇਖਿਆ ਉਹਨੂੰ ਕੌਣੇ ਗਿੱਲ ਨੂੰ, ਉਸ ਤੋਂ ਬਾਅਦ ਫਿਰ ਮੈਂ ਫਿਰ ਮੈਂ ਨਹੀਂ ਚੱਕਿਆ ਮੁੜ ਕੇ। ਤੁਸੀਂ ਚਲੇ ਗਏ ਫਿਰ? ਮੈਨੂੰ ਪਤਾ ਸੀਗਾ ਵੀ ਕੰਮ ਹੋ ਗਿਆ, ਹੁਣ ਬੰਦੇ ਆ ਗਏ, ਕਿਉਂ ਮੈਂ ਆਪ ਫਸ ਗਿਆ ਥੱਲੇ ਨਿਆਣਿਆਂ 'ਚ ਕੁਰਸੀਆਂ ਦੇ ਵਿੱਚ। ਤੁਸੀਂ ਫਿਰ ਆਪਣੀ ਜਾਨ ਕਿਵੇਂ ਬਚਾਈ? ਉਹ ਜਾਣ ਕੇ ਫਸਿਆ ਕਿ ਜਦ ਮੈਂ ਗਿੱਲ ਨੂੰ ਦੇਖਿਆ ਲੈ ਵੀ ਇਹ ਤਾਂ ਮਰ ਗਿਆ, ਹੁਣ ਬੰਦੇ ਆ ਗਏ। ਫਿਰ ਮੈਂ ਲੋਟ ਪੋਟਣੀਆਂ ਜਾਂ ਲਾ ਕੇ ਜਿਵੇਂ ਆਪਾਂ ਲਾਉਂਦੇ ਹੁੰਦੇ ਹਾਂ ਸਰ, ਉਹ ਉੱਥੋਂ ਲਾ ਕੇ ਪਰੇ ਅੰਦਰ ਵੜ ਗਿਆ ਜਿੱਥੇ ਬੁੜੀਆਂ ਬੈਠੀਆਂ ਸੀ, ਉਹਨਾਂ ਮੈਂ ਲਕੋ। ਕਿੰਨੇ ਸਮੇਂ ਦੇ ਵਿੱਚ ਵਿੱਚ ਕੰਮ ਹੋ ਗਿਆ ਸਰ? ਇਹ ਤਾਂ ਮੇਰੇ ਖਿਆਲ 15 ਮਿੰਟ ਨਹੀਂ, 5 ਕੁ ਮਿੰਟ ਲੱਗੇ ਹੋਣੇ ਆ ਸਾਰੇ। ਜਦ ਮੈਂ ਕਿੰਨੇ ਕੁ ਜਾਣੇ ਸੀ ਜਿਨ੍ਹਾਂ ਨੇ ਕੰਮ ਕੀਤਾ? 3 ਜਾਣੇ ਸੀ। ਅੱਛਾ ਜੀ। 3 ਜਾਣੇ ਮੈਨੂੰ ਅੰਦਰ ਰਜਾਈਆਂ 'ਚ ਲਕੋਤਾ, ਅਤੇ ਮੈਂ ਕਿਹਾ ਨੰਗੇ ਸੀ ਉਹਨਾਂ ਦੇ? ਬੰਨੇ ਸੀ? ਬੰਨੇ ਸੀ, ਬੰਨੇ ਸੀ, ਮੂੰਹ ਬੰਨੇ ਸੀ। ਅਤੇ ਪੁਲਿਸ ਦਾ ਕੋਈ ਇੰਤਜ਼ਾਮ ਨਹੀਂ ਸੀ, ਨਾ ਕੋਈ ਵੀਡੀਓ ਬਣਾਉਣ ਵਾਲਾ ਸੀ, ਜਦੋਂ ਹੁੰਦਾ ਹੀ ਨਹੀਂ ਸੀ। ਨਾ ਹੁੰਦਾ ਤਾਂ ਸੀਗਾ ਸਾਰਾ ਕੁਛ, ਸਾਰਾ ਕੁਛ ਸੀ। ਜਿਹੜੇ ਬਾਹਰੋਂ ਆਉਂਦੇ ਆ, ਕੈਨੇਡਾ ਤੋਂ ਮੁੰਡਾ ਬਾਹਰੋਂ ਆਇਆ ਸੀਗਾ ਜਿਹਦਾ ਮੰਗਣਾ ਸੀਗਾ, ਵਿਆਹ ਦੂਜੇ ਦਿਨ ਸੀਗਾ, ਅਤੇ ਅਗਲਾ ਮੂਵੀ ਮਾਂ ਵੀ ਬਣਾਉਂਦਾ ਯਾਦਗਾਰ ਆਪਦਾ। ਲੇਕਿਨ 15 ਮਿੰਟ ਦੇ ਵਿੱਚ ਸਾਰਾ ਕੰਮ ਹੋ ਗਿਆ, ਜਦੇ ਜਦੇ ਸਾਠ ਆ ਜੀ ਹੋ ਗਿਆ। ਮੈਂ ਤਾਂ ਅੰਦਰ ਲੁੱਕ ਗਿਆ ਨੱਠ ਕੇ, ਮੈਂ ਕਿਹਾ ਅੰਦਰ ਨਾ ਆ ਜਾਣ, ਬੁੜੀਆਂ ਕਰੀਆਂ ਇੱਥੇ ਹੀ ਬੈਠਾ ਰਹਿ, ਉਹ ਦੇਖਦੀਆਂ ਰਹੀਆਂ ਮੋਰੀ ਵਿੱਚ ਦੀ, ਐਂ ਕਰਕੇ ਵੀ 3 ਜਾਣੇ ਆ। ਉਹਨਾਂ ਨੇ ਭੰਗੜਾ ਪਾਇਆ, ਪਾ ਕੇ ਚਿੱਠੀ ਲਿਖ ਕੇ ਉਹਦੀ ਛਾਤੀ 'ਤੇ ਚਲੇ ਗਏ। ਕੀ ਲਿਖਿਆ ਚਿੱਠੀ 'ਤੇ? ਉਹਦੇ ਲਿਖਿਆ ਮੈਂ ਤਾਂ ਬਾਅਦ 'ਚ ਜਦ ਬਾਹਰ ਨਿਕਲਿਆ ਜਾਂ ਪੁਲਿਸ ਆਈ ਆ ਉਦੋਂ ਨਿਕਲਿਆ ਮੈਂ, ਨਹੀਂ ਮੈਂ ਨਹੀਂ ਨਿਕਲਿਆ ਉਹਨਾਂ 'ਚ ਚਿੱਠੀ 'ਤੇ। ਉਹ ਲਿਖਿਆ ਸੀਗਾ ਅਸੀਂ ਆਪਦਾ ਕੰਮ ਕਰ ਚੱਲੇ ਹਾਂ, ਅਸੀਂ ਉਹਨੂੰ ਸਮਝਾਇਆ ਸਮਝਿਆ ਨਹੀਂ, ਕਮਾਂਡੋ ਫੋਰਸ ਫਲਾਨਾ ਚਿੰਤਾ ਇਹਦਾ ਖੂਨ ਨਾਲ ਭੇਜੀ ਹੋਈ ਸੀ ਚਿੱਠੀ, ਅਤੇ ਮੂੰਹ 'ਚ ਗੋਲੀਆਂ ਗਾਲੀਆਂ ਇੱਥੇ ਲੱਗੀਆਂ ਹੋਈਆਂ ਸਾਰੇ। ਉਸ ਟਾਈਮ ਇਹਨਾਂ ਦੀ ਡੈਥ ਹੋ ਚੁੱਕੀ ਸੀ? ਉਹ ਤਾਂ ਪਤਾ ਹੀ ਨਹੀਂ ਜੀ, ਉਹ ਤਾਂ ਪਿਆ ਸੀ ਪਾਥੀਆਂ ਦੇ ਉੱਪਰ। ਅਮਰਜੋਤ ਉੱਧਰ ਮੁੱਧੇ ਮੂੰਹ ਪਈ ਸੀ, ਪਰਸ ਵੀ ਉਹਦੇ ਕੋਲ ਸੀ, ਉੱਧਰ ਗਿੱਲ ਮੁੱਧਾ ਐਂ ਪਿਆ ਸੀ। 3 ਮੌਤਾਂ ਮੌਕੇ 'ਤੇ ਹੋ ਗਈਆਂ ਸੀ, ਖਾਲ 'ਚ ਵਿੱਚ ਉਹਨਾਂ ਨੇ ਠੇਡਾ ਮਾਰ ਕੇ ਸੁੱਟ ਲਿਆ, ਭੱਜਣ ਲੱਗਿਆ ਸੀ ਉਹ, ਅੜਕ ਗਿਆ ਜਦੋਂ ਉਹਨਾਂ ਨੇ ਗੋਲੀਆਂ ਮਾਰੀਆਂ। 3 ਜਾਣੇ ਮੌਕੇ 'ਤੇ ਮਰੇ ਗਏ ਸੀ? 4 ਦੇਬੂ ਵੀ, ਦੇਬੂ ਵੀ ਲਾਲ ਦੇਬੂ, ਅਮਰ ਸਿੰਘ ਚਮਕੀਲਾ ਗਿੱਲ ਅਤੇ ਮੀਆਂ ਬੀਬੀ, ਇਹ ਹੋ ਗਏ ਦੋ, ਅਤੇ 4 ਮੌਤਾਂ ਹੋ ਗਈਆਂ, 4 ਜਾਣੇ ਸੀ ਬਚੇ। ਕੋਈ ਉਹਨਾਂ ਦੀ ਤੁਹਾਨੂੰ ਉਸ ਸਮੇਂ ਜਦੋਂ ਤੁਸੀਂ ਗੱਡੀ 'ਚ ਜਾ ਰਹੇ ਸੀ ਤੁਹਾਡੇ ਨਾਲ ਕੋਈ ਗੱਲ ਕਰਦੇ ਹੋਣ, ਉਹ ਗੱਲ
ਹੁਣ ਵੀ ਯਾਦ ਹੋਵੇ ਵੀ ਜਦੋਂ ਤੁਸੀਂ ਪ੍ਰੋਗਰਾਮ ਤੇ ਯਾਦ ਜਾ ਰਹੇ ਸੀ, ਮੁੜ ਕੇ ਤੁਸੀਂ ਮਿਲਣਾ ਨਹੀਂ ਸੀ, ਮੁੜ ਕੇ ਗੱਲਾਂ ਨਹੀਂ ਕਰਨੀਆਂ ਸੀ, ਉਹ ਕੋਈ ਗੱਲ ਚਿੱਤੇ ਤੁਹਾਨੂੰ? ਗੱਲਾਂ ਤਾਂ ਆਉਂਦੇ ਹੋਏ ਕਈ ਵਾਰੀ ਇਹ ਘਰੋਂ ਲੜ ਵੀ ਪੈਂਦੇ ਸੀਗੇ। ਇੱਕ ਗਾਣਾ ਸੀ ਇਹਦਾ, ਰਾਤ ਨੂੰ ਕਰੇ ਲੜਾਈਆਂ ਦਿਨ ਨੂੰ ਸੁਧਾ ਸਫਾਈਆਂ। ਜਦ ਅਮਰਜੋਤ ਨੇ ਮੂੰਹ ਪਰੇ ਨੂੰ ਕਰਨ ਨਾਲ ਚਮਕੀਲੇ ਨੇ ਪਟੜੀ ਸਾਈਡ ਤੇ ਮੂੰਹ ਪਰੇ ਕਰ, ਅਸੀਂ ਕਿਹਾ ਲੈ ਵੀ ਰਾਤ ਦਾ ਕੋਈ ਪੰਗਾ ਪਿਆ ਹੋਇਆ। ਇਹ ਗੱਲ ਉਸ ਟਾਈਮ 2 ਦਿਨ ਘੱਟ ਗੱਡੀ 'ਚ ਚੱਲੀ ਸੀ, ਗੱਡੀ ਦੇ ਵਿੱਚ ਹੀ ਅਸੀਂ ਆਸ ਵਿੱਚ ਗੱਲਾਂ ਕਰ ਦਿੰਦੇ ਸੀ ਉਸ ਦਿਨ ਜਾ ਰਹੇ ਸੀ। ਤੇ ਜਿੱਦਣ ਵੀ ਜਾਣਾ ਹੁੰਦਾ ਸੀ ਸਾਡੀ ਜੱਜਮੈਂਟ ਹੋ ਜਾਂਦੀ ਸੀ ਵੀ ਇਹ ਕੁਝ, ਜਦੋਂ ਅਮਰਜੋਤ ਦਾ ਮੂੰਹ ਪਰਲੇ ਪਾਸੇ ਨੂੰ ਹੁੰਦਾ ਸੀ ਤੁਸੀਂ ਸੋਚ ਲੈਂਦੇ ਵੀ ਲੜੇ ਹੋਏ ਨੇ, ਚਮਕੀਲੇ ਦਾ ਪਰਲੇ ਪਾਸੇ, ਤੇ ਅਸੀਂ ਕਿਹਾ ਵੀ ਰਾਤ ਦੀ ਲੜਾਈ ਹੋਈ ਆ, ਸਟੇਜ ਤੇ ਇੱਕੋ ਜਿਹੇ ਹੋ ਜਾਣਾ ਇਹਨਾਂ ਨੇ, ਇਹ ਤੇ ਇੱਕੋ ਹੋ ਜਾਂਦਾ ਸਟੇਜ ਤੇ, ਉਹੀ ਕਹੇ ਕੰਮ ਨਿਭਾਉਣਾ ਹੁੰਦਾ ਪੂਰਾ, ਹਾਸਾ ਖੇਡਾ ਵੀ ਕਰਨਾ, 1.5 ਘੰਟਾ ਲਗਾਤਾਰ ਗਾਉਣਾ, 1.5 ਘੰਟਾ ਔਰ ਸਾਨੂੰ ਤਾਂ 2 ਘੰਟਿਆਂ ਦੇ ਬਾਅਦ ਸੁਭਾਅ ਕਿਹੋ ਜਿਹਾ ਸੀ ਚਮਕੀਲੇ ਦਾ? ਸੁਭਾਅ ਤਾਂ ਬਹੁਤ ਵਧੀਆ ਸੀ, ਹਾਸੇ ਖੇਡੇ, ਰੌਣਕੀ ਸੀਗਾ ਪੂਰਾ, ਰੌਣਕੀ ਜੀ ਰੌਣਕੀ, ਕੋਈ ਸਾਨੂੰ ਕਮੀ ਨਹੀਂ, ਸਾਨੂੰ TV ਲੈ ਕੇ ਦਿੱਤੇ ਸਾਰਿਆਂ ਨੂੰ, ਉਦੋਂ ਬੈਲਟਕ ਸਾਰਾ ਟੈਲੀਵਿਜ਼ਨ ਲੈ ਕੇ, ਬੈਲਟਕ TV ਸੀ ਕੋਚਰ ਮਾਰਕੀਟ ਤੋਂ ਲੈ ਕੇ ਦਿੱਤੇ, ਬਲੈਕ ਐਂਡ ਵਾਈਟ ਸੀ। ਉਹ ਕਹਿੰਦਾ 100 ਰੁਪਈਆ ਸਾਨੂੰ ਮਿਲਦਾ ਸੀ, ਕਹਿੰਦਾ 20-20 ਰੁਪਈਏ ਕਟਾਈ ਚਲੋ, ਜਿਹੜੇ ਨਹੀਂ ਕਟਾਉਣੇ ਨਾ ਸੀ, ਅਜੇ ਤੱਕ ਮੇਰੇ ਕਿਹਾ ਘਰੇ ਪਿਆ ਹੋਊਗਾ ਮੇਰੇ ਕੋਲ। ਹੁਣ ਤੁਹਾਨੂੰ ਕਿੰਨੀ ਕੁ ਯਾਦ ਆਉਂਦੀ ਹੈ ਜੀ ਉਹਨਾਂ ਦੀ? ਉਹ ਤਾਂ ਯਾਦ ਤੇਰੀ ਬਥੇਰੀ ਆਊਗੀ, ਪਰ ਤੂੰ ਨਹੀਂ ਆਉਣਾ, ਇੱਦਾਂ ਦੇ ਗੀਤ ਬਣੇ ਆ। ਤੁਸੀਂ ਅੱਜ ਉਹਨਾਂ ਦੀ ਸਮਾਧ ਤੇ ਖੜੇ ਹੋ, ਕੀ ਮਹਿਸੂਸ ਕਰਦੇ ਹੋ? 8 ਤਰੀਕ ਨੂੰ ਉਹਨਾਂ ਦੀ ਬਰਸੀ ਆ, 27ਵੀਂ ਬਰਸੀ ਉਹਨਾਂ ਦੀ ਮਨਾਈ ਜਾ ਰਹੀ ਆ, ਤੁਹਾਡੇ ਦੋਸਤ ਸੀ, ਤੁਹਾਡੇ ਜਿਗਰੀ ਯਾਰ ਸਨ, ਤੁਸੀਂ ਉਹ ਸਮਾਂ ਨਾਲ ਪਤਾਇਆ ਜਦੋਂ ਉਹਨਾਂ ਦੇ ਗੋਲੀਆਂ ਲੱਗੀਆਂ, ਕੀ ਤੁਸੀਂ ਮਹਿਸੂਸ ਕਰਦੇ ਹੋ, ਕੀ ਸੋਚਦੇ? ਮਹਿਸੂਸ ਤਾਂ ਦੇਖੋ ਜੀ, ਇਹ ਕਲਾਕਾਰ ਤਾਂ ਭੁੱਲਣ ਵਾਲੇ ਹੈ ਨਹੀਂ, ਕਿਉਂਕਿ ਕਲਾਕਾਰ ਦੁਨੀਆਂ ਦੇ ਜਿਹੜਾ ਸੱਭਿਆਚਾਰਕ ਸੀ ਉਹ ਹੌਲੀ ਹੌਲੀ ਜਾਂਦਾ ਜਾ ਰਿਹਾ, ਕਿਵੇਂ ਕੁਲਦੀਪ ਮਾਣਕ ਸਾਹਿਬ ਸੀ ਕਲੀਆਂ ਦੇ ਬਾਦਸ਼ਾਹ, ਸੁਰਿੰਦਰ ਛਿੰਦਾ ਸੀ, ਹੈਂਜੀ ਸਰਦੂਲ ਵਰਗੇ, ਅਤੇ ਇੱਕ ਸਾਡਾ ਬੰਦਾ ਕਲਾਕਾਰ ਸੀਗਾ ਉਹ ਗੋਲੀਆਂ ਨਾਲ ਮਾਰਤਾ ਸੀਗਾ ਬਿਲਸ਼ਾਦ ਅਖਤਰ, ਅਤੇ ਬਾਕੀ ਪਾਰਸ ਚਲਿਆ ਗਿਆ, ਕੁਲਦੀਪ ਪਾਰਸ ਚਮਕੀਲੇ ਨਾਲ ਇਕੱਠੇ ਨਾਲ ਆਪਸ। ਇਹਨਾਂ ਦਾ 19 ਤਰੀਕ ਨੂੰ ਮਿਲਦਾ? ਇਹ ਪਰਸੋਂ ਨੂੰ ਮੇਰੇ ਕੋਲ, ਆਪਣੇ 8 ਤਰੀਕ ਨੂੰ ਇਸ ਜਗ੍ਹਾ 'ਤੇ ਮਨਾਇਆ ਜਾਣਾ, ਇੱਥੇ ਹੋਣਾ ਜੀ। ਦੇਖੋ ਹਰੇਕ ਮੇਲੇ ਨਾਲੋਂ ਹੁਣ ਵੱਖਰਾ ਇਹਨਾਂ ਦਾ ਹਿਸਾਬ ਤਾਂ ਬਣਾਇਆ ਹੋਇਆ, ਜਦ ਆ ਕੇ ਦੇਖੋਗੇ ਕੋਈ ਬੰਦਾ ਸਟੇਜ 'ਤੇ ਨਹੀਂ ਚੜੂ, ਉਹ ਜਿਹੜੇ ਬੈਰੀਅਰ ਜਿਹੇ ਲਾਉਂਦੇ ਹੁੰਦੇ ਆ ਉਹ ਲਾਉਣਗੇ, ਮੇਰੇ ਖਿਆਲ ਕੱਲ੍ਹ ਪਰਸੋਂ ਨੂੰ ਸਟੇਜ ਤਿਆਰ ਹੋਣੀ ਆ, ਪੁਲਿਸ ਦਾ ਪੂਰਾ ਇੰਤਜ਼ਾਮ ਹੈ, ਲੰਗਰ ਪਾਣੀ ਦਾ ਪੂਰਾ ਇੰਤਜ਼ਾਮ ਹੈ, ਕੋਈ ਘਾਟ ਨਹੀਂ ਹੋਊਗੀ। ਅਤੇ ਇੱਥੇ ਦੇਖ ਲਓ ਮੱਥਾ ਟੇਕਣ ਨੂੰ ਗਿਆਂ ਨੂੰ ਮੈਂ ਕਹੂੰਗਾ, ਜਿਹੜਾ ਕਿ ਨਾਲ ਰਹਿੰਦਾ ਸੀਗਾ ਸਾਹਮਣੇ, ਆਹਮਣੇ ਸਾਹਮਣੇ ਰਹਿੰਦੇ ਹੁੰਦੇ ਸੀ, ਉੱਥੋਂ 2-4 ਗੱਲਾਂ ਹੁੰਦਾ ਉਹਨਾਂ ਦੇ ਪੁੱਛ। ਇਹ ਸਨ NS ਮਣਕੂ ਜੀ, ਜਿਹੜੇ ਉਸ ਟਾਈਮ ਚਮਕੀਲਾ ਜੀ ਦੇ ਨਾਲ ਸਨ, ਜਿਸ ਵਕਤ ਚਮਕੀਲਾ ਜੀ ਨੂੰ ਮਹਿਸਮਪੁਰ ਜਲੰਧਰ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਸਨ, ਉਸ ਟਾਈਮ ਇਸ ਸਟੇਜ 'ਤੇ ਮੌਜੂਦ ਸਨ। ਅੱਜ ਇਹ ਉਹਨਾਂ ਦੀ ਸਮਾਧ 'ਤੇ, ਅਮਰ ਸਿੰਘ ਚਮਕੀਲਾ ਅਮਰਜੋਤ ਬੀਬਾ ਜੀ ਦੀ ਸਮਾਧ 'ਤੇ ਖੜ ਕੇ ਅੱਜ ਇਹਨਾਂ ਨੇ ਜੋ ਗੱਲਾਂ ਦੱਸੀਆਂ ਨੇ ਉਸ ਸਮੇਂ ਦੀਆਂ ਤੁਸੀਂ ਸੁਣੀਆਂ, ਅਤੇ ਨਾਲ ਹੀ ਇਹਨਾਂ ਨੇ ਦੱਸਿਆ ਵੀ 8 ਤਰੀਕ ਨੂੰ ਅਮਰ ਸਿੰਘ ਚਮਕੀਲਾ ਦਾ ਜਿਹੜਾ 36ਵੀਂ ਬਰਸੀ ਆ ਜਿਹੜੀ ਉਹਨਾਂ ਦੀ ਮਨਾਈ ਜਾ ਰਹੀ ਹੈ, ਇਸ ਜਗ੍ਹਾ 'ਤੇ ਦੁੱਗਰੀ ਜਿੱਥੇ ਚਮਕੀਲਾ ਜੀ ਦੀ ਸਮਾਧ ਆ ਉਸ ਜਗ੍ਹਾ 'ਤੇ ਜਿਹੜੀ ਬਰਸੀ ਮਨਾਈ ਜਾ ਰਹੀ ਹੈ। ਜਿਵੇਂ ਕਿ ਇਹਨਾਂ ਨੇ ਦੱਸਿਆ ਵੀ ਐਤਕੀ ਉਹ ਜਿਹੜਾ ਮੇਲਾ ਕੁਝ ਹਟ ਕੇ ਹੋਊਗਾ, ਜਿਵੇਂ ਪਿਛਲੀ ਵਾਰੀ ਮੇਲੇ 'ਤੇ ਜਿਹੜਾ ਕੁਛ ਵੀ ਦੱਸਿਆ ਇਹਨਾਂ ਨੇ ਵੀ ਕਿਸੇ ਤੋਂ ਮੈਕ ਫੜ ਲਿਆ, ਕਿਸੇ ਤੋਂ ਫੜਾਤਾ, ਉਸ ਤਰ੍ਹਾਂ ਦਾ ਇਸ ਤਰ੍ਹਾਂ ਦੀ ਇੱਥੇ ਚੀਜ਼ਾਂ ਨਹੀਂ ਹੋਣਗੀਆਂ। ਐਤਕੀ ਜਿੰਨੇ ਵੀ ਸਾਡੇ ਮੀਡੀਆ ਰਾਹੀਂ ਸਾਡੀ ਸਾਨੂੰ ਸੁਣ ਰਹੇ ਨੇ, ਦੇਖ ਰਹੇ ਨੇ, ਸਾਰਿਆਂ ਨੂੰ ਇਹਨਾਂ ਦੀ ਗੁਜ਼ਾਰਸ਼ ਆ ਵੀ ਚਮਕੀਲਾ ਜੀ ਦੇ ਮੇਲੇ 'ਤੇ ਉਹਨਾਂ ਨੂੰ ਚਾਹੁਣ ਵਾਲੇ ਜ਼ਰੂਰ ਪਹੁੰਚੋ ਇੱਥੇ।